आप देख रहे हैं हमारा YouTube चैनल DGF। हमारे चैनल को सब्सक्राइब कीजिए और बरवक्त मालूमात के लिए बेल आइकन प्रेस कीजिए। अच्छा भेड़ तेरे को है कि कोई दुध ज़्यादा देने वाली भेड़ भेड़ा खाली ने बेच नहीं ये दस दें एवं बस दस देना कि नस्ल की जी तेन ज़्यादा दुध दी लप्पी लप्पी कि बड़े कन्ना कजली नहीं लप्पी खार तेरे मुंह वाली होंगी लेला बैठा थोड़ा उच्ची बोला ना फिर तेरी आवाज़ भी आएगी बिच आवाज़ जाएगी ना तेरी। अच्छा तो आम भेड़ कि दुध दे दें आम इन पाई है एक बस वो तो लेले पी जाते हूँ लेले पी दे गुटी काट दे है गुटी काट लाई तो चलो लेले पी गए बकरे नहीं है तेरे को बेचे दे बकरे बड़े ने बकरे किने किने एक बैठा है वो बैठा है बस बस ना ठा माल ना ठा माल ना ठा ए किने किने आगने इधर मेरे कोले आया मैंने दस ना इतने वो सी 200 दोते दोते है ना 200 दोते ना का जी तो बकरियां किनिया है ये बकरी ये 60-70 60-70 बकरी हाँ जी ये थोड़ा वाड़ा बनाया हुआ है या वाड़े बने हुए ने वाड़े हाँ जी एक है घर का माल बैठा है बाबा घर का बैठा है। अच्छा अच्छा कहीं कोलो 50 है कहीं कोलो 20 है कहीं कोलो 30 है सही सही ये तुसी इन्हां नु वंडा शंडा भी पौंदे उथे कि नहीं वंडा नहीं मुंह दे तेरे दे हैं ये मुंह दे चढ़दे जांदियां ने विच ही गाइयां रखी हुई ने गाइयां भी विच आ दियां ने भेड़ सौखी पड़ जांदी साडे कोलों या इत्थे आह बकरियां ਬੱਕਰੀਆਂ ਹੀ ਸੌਖੀਆਂ ਨੇ ਵੇਡਾਂ ਹੀ ਸੌਖੀਆਂ ਨੇ ਚਰਾਵਣ ਵਾਲੇ ਨੂੰ ਸਾਰਾ ਮਾਲ ਸੌਖਾ ਹੁੰਦਾ ਜਿਹੜਾ ਨਾ ਚਰਾਏ ਉਹਦਾ ਤਾਂ ਕੀ ਸੌਖਾ ਨਹੀਂ ਤੁਹਾਡੀਆਂ ਬੱਕਰੀਆਂ ਚੰਗੀਆਂ ਦੇਸੀ ਨਸਲ ਦੀਆਂ ਵਿੱਚ ਬਹੁਤੀਆਂ ਨੇ ਬਈ ਸ਼ੌਂਕ ਰੱਖੀਆਂ ਹੋਈਆਂ ਨੇ ਇਹ ਤੇਰੀਆਂ ਨੇ ਹਾਂਜੀ ਬੱਕਰੀਆਂ ਤਾਂ ਮੇਰੀਆਂ ਨੇ ਅੱਛਾ ਮੇਰੇ ਕੋਲ ਹੈ 15-12 ਇਹ ਤੇਰੇ ਆਪਦੇ ਨੇ ਹਾਂਜੀ ਬੱਕਰੀਆਂ ਜਾਂ ਕਲੀਆਂ ਤੇਰੀਆਂ ਮੇਰੇ ਕੋਲ ਕਲੀਆਂ ਬੱਕਰੀਆਂ ਨੇ ਕਿਹੜੀਆਂ ਬੱਕਰੀਆਂ ਤੇਰੀਆਂ ਬੱਕਰੀਆਂ ਤਰਾਏ ਇਕੱਠੇ ਨਾਲ ਬੈਠੇ ਨੇ ਕੋ ਬੈਠੀ ਹੈ ਦੋ ਇਕੱਠੇ ਬੈਠੇ ਨਾਲ ਦੁਨੀਆਂ ਉਹ 5-6 ਇਕੱਠੀਆਂ ਉੱਥੇ ਬੈਠੀਆਂ ਨੇ ਆਹ ਤਾਂ ਬੱਕਰੀ ਮੈਨੂੰ ਵੈਸੇ ਬਿਮਾਰ ਲੱਗਦੀ ਤੁਹਾਡੀ ਉਹ ਜਿਹੜੀ ਬਿਮਾਰ ਨਹੀਂ ਹੈ ਤੁਹਾਡੀ ਛੋਟੀ ਲੱਗੀ ਉਹ ਪਿਛਲੇ ਸਾਈਡ ਤੋਂ ਵਾਲ ਚਲੇ ਵਾਲੇ ਵਾਲ ਵੀ ਰਹੇ ਆਹ ਉਹ ਜਿਹੜੀ ਆਹ ਦੇਸੀ ਬੱਕਰੀ ਉਹ ਸਾਹਮਣੇ ਉਹਦਾ ਇੱਕ ਹੀ ਫਲ ਹੈਗਾ ਹਾਂਜੀ ਇੱਕੋ ਹੀ ਆ ਉਹ ਜਿਹੜੀ ਦੁੱਧ ਪਿਆਰੀ ਆ ਜਾ ਉਰੇ ਸਾਰੀ ਚੰਗੀਆਂ ਬੱਕਰੀਆਂ ਨੇ ਬੱਕਰੀਆਂ ਸੋਹਣੀਆਂ ਤੇਰੀਆਂ ਬੱਕਰੀਆਂ ਸੂਈ ਹੋਈਆਂ ਨੇ ਵਿੱਚ ਇਸ ਤੋਂ ਬੱਕਰੀ ਤੇਲੇ ਜੋੜਾ ਫਲਾਂ ਦਾ ਇੱਕ ਬੈਠੀ ਹੈ ਜੋੜਾ ਹਾਂਜੀ ਇਹ ਦਿਨ ਮੈਨੂੰ ਵਾਂਟ ਹੋ ਇਹਨਾਂ ਦੇ ਬੱਚੇ ਕਿੱਥੇ ਨੇ ਇਹਨਾਂ ਦੇ ਬੱਚੇ ਘਰ ਨੇ ਬੱਚੇ ਇਹਨਾਂ ਦੇ ਘਰ ਨੇ ਹਾਂਜੀ ਤੇ ਹੁਣ ਸਾਰੀਆਂ ਇੱਥੇ ਸ਼ਾਮੇ ਲਿਆ ਕੇ ਖੜੀਆਂ ਕਰਤੀਆਂ ਹੁਣ ਚਰਦੀਆਂ ਚੁਰਦੀਆਂ ਨੇ ਨਹੀਂ ਉਹ ਕਪਾਂ ਨਹੀਂ ਖਲੀ ਉਹ ਚਰਾਈਏ ਤੇ ਜਾ ਕੇ ਥਾਂ ਤੇ ਬੈਠ ਜਾਂਦੇ ਪਾਣੀ ਦੇ ਅੱਛਾ ਅੱਛਾ ਆ ਬੱਕਰੀ ਉਠਾ ਲੈ ਨਹੀਂ ਨਹੀਂ ਨਾ ਠਾ 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 ਨਾ ਮਾਲ ਨਾ ਠਾ ਨਹੀਂ ਇੱਥੇ ਵਾਂਟ ਬੈਠ ਜਾ ਆ ਦੇਖ ਲੈ ਬੱਕਰੀ ਬੱਕਰੀ ਲੈਣੀ ਤਾਂ ਆ ਦੇਖ ਲੈ ਗੱਪਣ ਬੱਕਰੀ ਨਹੀਂ ਇਹਦੀ ਉਮਰ ਜ਼ਿਆਦਾ ਕੁਛ ਪੱਠ ਪੱਠ ਟਾਈਪ ਹੋਵੇ ਨਹੀਂ ਰੱਖਣੀਆਂ ਪੱਠਾਂ ਚਾਹੀਦੀਆਂ ਨੇ ਜਾਂ ਪੱਠਾਂ ਹੀ ਰੱਖਣੀਆਂ ਚਾਹੀਦੀਆਂ ਨੇ ਬੱਕਰੀਆਂ ਕਿਵੇਂ ਸੂਦਾਰ ਕਹਿੰਦਾ ਹੁੰਦਾ ਵਾ ਅੱਛਾ ਨਹੀਂ ਪੱਠ ਦੇ ਵਿੱਚ ਫਾਇਦਾ ਰਹਿੰਦਾ ਨਾ ਵੱਡੀ ਬੱਕਰੀ ਲਈ ਜਾਵੇ ਤਿਆਰ ਉਹਦਾ ਫਾਇਦਾ ਰਹੇਗਾ ਵੱਡੀ ਲਈ ਸੀ ਤਾਂ ਚਲੋ ਕੋਈ ਗੱਬਣ ਜੇ ਜਲਦੀ ਲੱਗ ਜਾਏਗਾ ਪਾਠ ਨੂੰ ਕਰੀ ਪਾਲ ਲਓ ਪਾਲ ਤੇ ਮੁੜ ਗੱਬਣ ਕਰਾਓ ਤੇ ਮੁੜੋ ਜੇ ਸੂਹਾ ਦੇ ਵਿੱਚ 5 ਮਿੰਟ ਬਾਅਦ ਤੇ ਗਾਈਆਂ ਵੀ ਹੈਗੀਆਂ ਤੇਰੀਆਂ ਗਾਈਆਂ ਕੋਈ ਨਹੀਂ ਗਾਈਆਂ ਨਹੀਂ ਹੈਗੀਆਂ ਜਾ ਆਇਆ ਉਹ ਪੁਰਤਗਾਲ ਲੈ ਲੈ ਚਾਹ ਨਾਲ ਚਾਹ ਤੇ ਉਹ ਵਿੱਚ ਛੋਟਾ ਜਿਹਾ ਬੈਠਾ ਹੀ ਇੱਧਰ ਉਹ ਪਰ ਪਰ ਬੈਠਾ ਹੀ ਉਹ ਪਰਲੀ ਸਾਈਡ ਤੋਂ ਪੱਜਦਾ ਲੈ ਇੱਧਰ ਉਹ ਪਰਲਾ 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 ਓਏ ਇੱਧਰ ਬੈਠਾ ਉੱਤਾਂ ਉਹ ਪਰਲੀ ਸਾਈਡ ਤੋਂ ਬੈਠੀ ਕਿਹੜਾ ਬਖਿੰਦਾ ਵੀ ਰੰਗ ਬਰੰਗੇ ਲੈ ਲੈ ਚਾਹ ਵਾ ਇੱਕ ਕਿਦੋਂ ਪੁਰਤਗਾਲ ਹੈ ਤੇ ਸਾਰਾ ਸਾਲ ਤੁਸੀਂ ਇਹਨਾਂ ਨੂੰ ਚਰਾਈ ਕਰਾਉਂਦੇ ਹੋ ਆ ਸਾਰੀ ਸਰਕਾਰੀ ਜਗ੍ਹਾ ਪਈ ਇੱਥੇ ਚਰਾਉਂਦੇ ਰਹਿੰਦੇ ਹੋ ਹਾਂਜੀ ਇਹ ਰੋਜ਼ ਕੀ ਬਰਾਂਦੇ ਨੇ ਕਪਾਂ ਨੂੰ ਵਾ ਟੋਕ ਦੇ ਉੱਪਰ ਹੋਈ ਚੱਲ ਜਦੋਂ ਹੁਣ ਇੱਕ ਇੱਕ ਦਾ ਪੁਰਤਗਾਲ ਹੈ ਨਹੀਂ ਨਹੀਂ ਵੀਡੀਓ ਬਣ ਰਹੀ ਹੈ ਨੈਟ ਚੱਲ ਨਹੀਂ
ਦੂਏ ਲਾਇਆ ਕਿਹੜੇ ਬਦਲ ਪੈ।